ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰਤ ਮੈਂ ਟੀਵੀ 8 ਫॉर ਦੇ ਸਾਰੇ ਦਰਸ਼ਕਾਂ ਦੇ ਸੁਰਤਿਆਂ ਦਾ ਦਿਲੀ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਸ 'ਤੇ ਗੱਲਬਾਤ ਕਰਦੇ ਆਂ ਜੀ ਰਾਤ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਨੂ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਤ ਸਾਬ ਅੱਜ 5 ਅਪ੍ਰੈਲ 2018 23 ਚੇਤ ਨਨਛਾਈ ਸਮੰ 550 ਦਾ ਦਿਨ ਹੈ ਜੀ ਰਾਤ ਸਾਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਤਰਾ ਰਾਸਟਰੀਏ ਪਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦੇਂਦਾ ਇੱਕ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਿੰਨ ਕੇਬਲ ਵੈਲਫਾਈਵ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ Facebook global cp in the app rain tv84 the app rain online streaming and ip box te tusi tv84 nu dekh sakde ho viewers je tusi tv84 nal jha program sacho sach nal facebook rain jude ho ta is nu vaatuvad like karo te share karo shukriya meharbani ji dr saab program de shuru vich is tarah ke ajj social media te baki hor medias te ਇਹ ਚਰਚਾ ਚੱਲ ਰਹੀ ਹੈ ਕਿ ਸਲਮਾਨ ਖਾਨ ਨੂੰ ਜਿਹੜੇ ਕਿ ਬਾਲੀਵੁੱਡ ਦੇ ਬਹੁਤ ਵੱਡੇ ਐਕਟਰ ਨੇ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ ਸੁਪਰੀਮ ਕੋਰਟ ਨੇ ਉਹਨਾਂ ਦਾ ਇਹੀ ਜੁਰਮ ਸੀ ਕਿ ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਨੇ ਦੋ ਹਿਰਨਾਂ ਦੀ ਹੱਤਿਆ ਕੀਤੀ ਦੇਖੋ ਡਾਕਟਰ ਸਾਹਿਬ ਇਹ ਕਿੱਦਾਂ ਦਾ ਕਾਨੂੰਨ ਹੈ ਕਿਸ ਤਰ੍ਹਾਂ ਦਾ ਜਸਟਿਸ ਹੈ ਕਿ ਹਮੇਸ਼ਾ ਹੀ ਜਿੱਦਾਂ ਕਿ ਐਵਰੀ ਡੇ ਇਨੋਸੈਂਟ ਜਿਹੜੇ ਪੀਪਲ ਨੇ ਜਿਸ ਤਰ੍ਹਾਂ ਕਿ ਸਿੱਖ, ਮੁਸਲਮਾਨ ਤੇ ਜੋ ਦਲਿਤ ਭਾਈਚਾਰਾ ਹੈ ਜਾਂ ਇਸਾਈ ਨਹੀਂ ਉਹਨਾਂ ਲੋਕਾਂ ਨੂੰ ਸ਼ਰੀਅਮ ਉਹਨਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਪਰ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਬਟ ਜੇ ਕੋਈ ਜੇ ਕੋਈ ਗਊ ਹੱਤਿਆ ਕਰਦਾ ਜਾਂ ਹਿਰਨਾ ਨੂੰ ਮਾਰਦਾ ਉਸ ਵਾਸਤੇ ਕਾਨੂੰਨ ਆ ਗਿਆ ਉਸ ਨੂੰ ਸਜ਼ਾ ਸੁਣਾਈ ਜਾ ਰਹੀ ਹੈ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹਗੇ ਤੁਸੀਂ ਅ ਦੇਖੋ ਪਹਿਲਾਂ ਮੈਂ ਤੁਹਾਨੂੰ ਕਰੈਕਟ ਕਰਦੇ ਆ ਕਿ ਇਹ ਸਜ਼ਾ ਸੁਪਰੀਮ ਕੋਰਟ ਨੇ ਨਹੀਂ ਜੋਧਪੁਰ ਦੇ ਸੈਸ਼ਨ ਕੋਰਟ ਨੇ ਸੁਣਾਈ ਹੈ ਜੀ ਅ ਮੇਰੇ ਕੋਈ ਕਦੇ ਵੀ ਫਿਲਮ ਇੰਡਸਟਰੀ ਦੇ ਵਿੱਚ ਖਾਸ ਤੌਰ ਤੇ ਬਾਲੀਵੁੱਡ ਦੇ ਹਵਾਲੇ ਨਾਲ ਕੋਈ ਤੇ ਦਿਲਚਸਪੀ ਨਹੀਂ ਰਹੀ ਜੀ ਇੱਕ ਤਾਂ ਵੈਸੇ ਵੀ ਰੁਚੀਆਂ ਸ਼ੁਰੂ ਤੋਂ ਸਪਿਰਚੁਅਲ ਹਿਸਟੋਰੀਕਲ ਔਰ ਬਾਅਦ ਵਿੱਚ ਜਦੋਂ ਸਮਝ ਆਈ ਸਾਰੀ ਕੀ ਗੇਮ ਹੈ ਔਰ ਕਿਵੇਂ ਬਾਲੀਵੁੱਡ ਨੇ ਅਸਲ ਚ ਜਿਹੜਾ ਅੱਜ ਇੰਡੀਆ ਦੇ ਵਿੱਚ ਜਿਸ ਹੱਦ ਤੱਕ ਗੱਲ ਪਹੁੰਚੀ ਹੈ ਇਸ ਦੇ ਵਿੱਚ ਬਾਲੀਵੁੱਡ ਦਾ ਬਹੁਤ ਵੱਡਾ ਰੋਲ ਹੈ ਸਿੱਖਾਂ ਨੂੰ ਸ਼ੁਰੂ ਤੋਂ ਹੀ ਉਹਦੇ ਉਸ ਦੇ ਵਿੱਚ بڑا ਟ੍ਰਿਵਿਅਲ ਕੈਰੈਕਟਰ ਉਹ ਟੈਕਸੀ ਡਰਾਈਵਰ ਹੋਏ ਜੋਕਰ ਹੋਏ ਜਾਂ ਕੋਈ ਹੋਰ ਨਾ ਪੱਕੀ ਚੀਜ਼ ਪੇਸ਼ ਕੀਤਾ ਜਾਂਦਾ ਰਿਹਾ ਜੀ ਸੋ ਉਸ ਗੱਲ ਨੇ ਮੇਰੇ ਮਨ ਦੇ ਵਿੱਚ ਬਾਲੀਵੁੱਡ ਇੰਡਸਟਰੀ ਲਈ ਹਮੇਸ਼ਾ ਇੱਕ ਕੰਟੈਂਪਟ ਵੀ ਰੱਖੀ ਹੈ ਜੀ ਪਰ ਇੱਕ ਗੱਲ ਜ਼ਰੂਰ ਮੈਂ ਨੋਟਿਸ ਕਰਦਾ ਰਿਹਾ ਜਦੋਂ ਥੋੜਾ ਬਹੁਤ ਕਿ ਕਿਉਂਕਿ ਜਦੋਂ ਤੁਸੀਂ ਲਗਾਤਾਰਤਾ ਨਾਲ মিডিਆ ਨੂੰ ਮਾਨੀਟਰ ਕਰਦੇ ਹੋ ਤੇ ਫਿਰ ਨਾਵਾਂ ਦੇ ਵਿੱਚ ਵੀ ਤੁਹਾਡੀ ਥੋੜੀ ਬਹੁਤ ਦਿਲਚਸਪੀ ਹੁੰਦੀ ਹੈ ਕਿ ਜਦੋਂ ਦਲੀਪ ਕੁਮਾਰ ਜਾਂ ਮੀਨਾ ਕੁਮਾਰੀ ਜਾਂ ਹੋਰ ਨਾਂ ਸਾਹਮਣੇ ਆਉਣੇ ਜੀ ਔਰ ਫਿਰ ਜਦੋਂ ਉਹਨਾਂ ਬਾਰੇ ਥੋੜਾ ਬਹੁਤ ਪੜਨ ਤੇ ਹੋਣਾ ਜੀ ਨਹੀਂ ਦਲੀਪ ਕੁਮਾਰ ਤਾਂ ਯੂਸਫ ਹੈ ਮੀਨਾ ਕੁਮਾਰੀ ਤਾਂ ਉਸਾ ਅਸਲੀ ਨਾਂ ਹੈ ਫਿਰ ਇਹ ਗੱਲ ਦੀ ਸਮਝ ਆਈ ਕਿ ਵੀ ਬਹੁਤ ਸਾਰੇ ਮੁਸਲਮਾਨ ਐਕਟਰ ਐਕਟ੍ਰੈਸ ਜਿਹੜੇ 40s ਆ 50s ਸੀ ਉਹਨਾਂ ਨੇ ਆਪਣੇ ਨਾਂ ਹਿੰਦੂਆਵਾਲੇ ਰੱਖੇ ਤਾਂ ਪਹਿਲਾ ਸਵਾਲ ਆਇਆ ਜੀ ਐਸਾ ਕਿਉਂ ਜੀ ਸੋ ਜ਼ਾਹਰ ਹੈ ਔਰ ਮੈਂ ਇੱਕ ਇੰਟਰਵਿਊ ਵੀ ਉਸ ਪੀਰੀਅਡ ਚ ਦੇਖਿਆ ਹੈ ਵਹੀਦਾ ਰਹਿਮਾਨ ਜਿਹੜੀ ਆਪਣੇ ਜ਼ਮਾਨੇ ਦੀ ਬਹੁਤ ਵੱਡੀ ਕਈ ਦਾ ਹੱਕੇ ਉਚਾਈ ਰਹੀ ਬਾਲੀਵੁੱਡ ਇੰਡਸਟਰੀ ਤੇ ਜੀ ਤੇ ਉਹਨੂੰ ਇੱਕ ਇੰਟਰਵਿਊਰ ਨੇ ਪੁੱਛਿਆ ਕਿ ਵੀ ਤੂੰ ਆਪਣਾ ਆ ਜਿਹੜਾ ਕੋਈ ਖਾਸ ਵਾਕਿਆ ਸੁਣਾ ਤਾਂ ਉਹਨੇ ਕਿਹਾ ਮੈਂ 15 16 ਸਾਲ ਦੀ ਸੀ ਜਦੋਂ ਮੈਂ ਆਪਣੀ ਮਾਂ ਦੇ ਨਾਲ ਪਹਿਲੀ ਵਾਰ ਬੰਬੇ ਆਈ ਉਦੋਂ ਬੰਬੇ ਸੀ ਉਦੋਂ ਅਜੇ ਹਿੰਦੂਤਵਾ ਦਾ ਜਾਂ ਸ਼ਿਵ ਸੈਨਾ ਦਾ ਮੁੰਬਈ ਨਹੀਂ ਸੀ ਬਣਿਆ ਜੀ ਔਰ ਉਹਨੇ ਕਿਹਾ ਜੀ ਕਿ ਮੈਨੂੰ ਜਦੋਂ ਗੁਰੂ ਦੱਤ ਜਿਹੜੇ ਉਸ ਜ਼ਮਾਨੇ ਦੇ ਇੱਕ ਬੜੇ ਅੱਛੇ ਡਾਇਰੈਕਟਰ ਜਾਂ ਪ੍ਰੋਡਿਊਸਰ ਦੇ ਤੌਰ ਤੇ ਜਾਣੇ ਜਾਂਦੇ ਸੀ ਉਹਨਾਂ ਨਾਲ ਇੰਟਰਵਿਊ ਹੋਇਆ ਮੇਰਾ ਜਿਹੜਾ ਪਹਿਲਾ ਟ్రਾਇਲ ਹੋਇਆ ਮੈਂ ਪਾਸ ਹੋਈ ਤਾਂ ਉਹਨਾਂ ਨੇ ਮੈਨੂੰ ਇਹ ਸੁਜੈਸਟ ਕੀਤਾ ਉਹ ਕਹਿਣ ਲੱਗੇ ਵੀ ਤੇਰਾ ਕੀ ਨਾਂ ਹੈ ਜੀ ਮੈਂ ਨਾਂ ਦੱਸਿਆ ਵਹੀਦ ਅਹਿਦ ਰਹਿਮਾਨ ਉਹਨੇ ਕਿਹਾ ਜੀ ਨਹੀਂ ਇਹ ਨਾਂ ਠੀਕ ਨਹੀਂ ਹੈ ਤੂੰ ਫਿਲਮ ਇੰਡਸਟਰੀ ਦੇ ਵਿੱਚ ਕੋਈ ਹੋਰ ਛੋਟਾ ਨਾਂ ਰੱਖਣਾ ਕਹਿੰਦੇ ਵੀ ਮੈਂ ਪੈਂਦੇ ਆ ਕਿਹਾ ਵੀ ਮੇਰੇ ਮਾਪਿਓ ਨੇ ਚੰਗਾ ਸਮਝ ਕੇ ਚੁਣ ਕੇ ਰੱਖਿਆ ਜੀ ਤੇ ਮੈਂ ਤਾਂ ਨਹੀਂ ਇਹ ਬਦਲ ਉਹਨੇ ਕਿਹਾ ਜੀ ਤੂੰ ਫਿਰ ਵੀ ਸੋਚ ਲੈ ਕਹਿੰਦੇ ਜੀ 2 ਦਿਨ ਗੁਜ਼ਰੇ ਫਿਰ ਮੈਨੂੰ ਪੁੱਛਿਆ ਮੈਂ ਉਹੀ ਕਿਹਾ ਤੇ ਜਿਹੜੇ ਮਿਸਟਰ ਖੋਸਲਾ ਕਰਕੇ ਕੋਈ ਡਾਇਰੈਕਟਰ ਸੀ ਉਹਨੇ ਉਹਨੂੰ ਕਿਹਾ ਜੀ ਵੀ ਤੁਸੀਂ ਛੱਡੋ ਇਹਨੂੰ ਕੀ ਕਰਨਾ ਹੈ ਜੀ ਤਾਂ ਉਹਨੇ ਕਿਹਾ ਵੀ ਨਹੀਂ ਇਹਨੂੰ ਰਹਿਣ ਦਿਓ ਇਸੇ ਨਾਲ ਨਾਲ ਸੋ ਇਹ ਉਸ ਦੌਰ ਦੀ ਗੱਲ ਹੈ ਜਦੋਂ ਕਿ ਅਜੇ ਗਾਂਧੀ ਨਹਿਰੂ ਦੀ ਲਗੇ ਸੀ ਉਦੋਂ ਕੋਈ ਹਿੰਦੂਤਵਾ ਜਾਂ ਮੋਦੀ ਦੌਰ ਨਹੀਂ ਸੀ ਆਇਆ ਜੀ ਲੇਕਿਨ ਉਦੋਂ ਵੀ ਕਲੈਕਟਿਵ ਸਾਇਕੀ ਹਿੰਦੂਆਂ ਦੀ ਉਸ ਪੀਰੀਅਡ ਦੇ ਐਸੀ ਹੋਏਗੀ ਕਿ ਮੁਸਲਮਾਨ ਨਾਂ ਜਿਹੜਾ ਐਕਸੈਪਟੇਬਲ ਨਹੀਂ ਸੀ ਬਿਲਕੁਲ ਔਰ ਪ੍ਰਾਈਵੇਟ ਕਨਵਰਸੇਸ਼ਨਸ ਨੂੰ ਯੂਸਫੀ ਕਹਿੰਦੇ ਸੀ ਵੈਸੇ ਉਹ ਦਲੀਪ ਕੁਮਾਰ ਬਣਿਆ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਂ ਜਿਉਂ ਜਿਉਂ ਤੁਸੀਂ ਦੇਖਦੇ ਹੋ ਤੇ ਆਲਮੋਸਟ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਮੈਜੋਰਿਟੀ ਉਹ ਕੱਲੇ ਐਕਟਰ ਐਕਟ੍ਰੈਸਿਸ ਹੀ ਨਹੀਂ 뮤직 ਦੇ ਵਿੱਚ ਜਿੰਨਾ ਉਹਨਾਂ ਨੇ ਨਾਂ ਦਿੱਤਾ ਹੈ ਪ੍ਰੋਡਿਊਸਰ ਦੇ ਤੌਰ ਤੇ ਡਾਇਰੈਕਟਰ ਦੇ ਤੌਰ ਤੇ ਜੀ ਸੋ ਇੱਕ ਪਾਰਟ ਜਿਹੜਾ ਜ਼ਰੂਰ ਸਮਾਪਾ ਕੇ ਜਿਹੜਾ ਬਹੁਤ ਸਾਰਿਆਂ ਨੂੰ ਲੱਗਾ ਕਿ ਵੀ ਸ਼ਾਇਦ ਮਾਹੌਲ ਬਦਲ ਗਿਆ ਹੈ 70s 80s 80s ਦਾ ਦੌਰ ਤੱਕ ਆਂਦੇ ਆ ਫੇਰੇ ਹੋਇਆ ਜੀ ਜਿਹੜੇ ਖਾਨ ਨੇ ਜੀ ਇਹ ਡੋਮিনেਟ ਕਰਦੇ ਨੇ ਫਿਲਮ ਇੰਡਸਟਰੀ ਨੂੰ 우ਆਮੀਰ ਖਾਨ ਸ਼ਾਹਰੁਖ ਖਾਨ ਸੁਲਮਾਨ ਖਾਨ ਔਰ ਵੀ ਉਹਨਾਂ ਦੀ ਤੂਤੀ ਬੋਲਦੀ ਹੈ ਔਰ ਉਸ ਸਾਰੇ ਚੋਂ ਅਸੀਂ ਇੱਕ ਗੱਲ ਜ਼ਰੂਰ ਦੇਖੀ ਵੀ ਜਿਉਂ-ਜਿਉਂ ਹਿੰਦੂ ਤਵਾਦੀ ਚੜਾਈ ਹੁੰਦੀ ਚਲੀ ਗਈ ਔਰ 2014 ਤੱਕ ਪਹੁੰਚਦੇ ਆ ਜਦੋਂ ਹੀ ਇਹ ਬਿਲਕੁਲ ਇਹਨਾਂ ਨੇ ਟਾਰਗੇਟ ਕਰ ਲਿਆ ਵੀ ਕਿਹੜੇ ਕਿਹੜੇ ਪਾਸੇ ਨੇ ਜਿਨ੍ਹਾਂ ਦੇ ਵਿੱਚ ਇਹ ਐਕਸੈਲ ਕਰ ਰਹੀਆਂ ਨੇ ਮਾਈਨੋਰਟੀਜ਼ ਔਰ ਖਾਸ ਤੌਰ ਤੇ ਮੁਸਲਮਾਨ ਔਰ ਉਹਨਾਂ ਨੂੰ ਟਾਰਗੇਟ ਕੀਤਾ ਹਾਲਾਂਕਿ ਇਹ ਜਨੀਏ ਜਿਹੜੇ ਲੋਕ ਘੰਟਿਆਂ ਬਧੀ ਸਕਰੀਨ ਦੇ ਸਾਹਮਣੇ ਬਹਿ ਕੇ ਜਾਂ ਹੁਣ ਇੰਟਰਨੈਟ ਦੇ ਸਾਹਮਣੇ ਜਾਂ Netflix ਦੇ ਸਾਹਮਣੇ ਬਹਿ ਕੇ ਇਹਨਾਂ ਦੀਆਂ ਫਿਲਮਾਂ ਦੇਖਦੇ ਨੇ ਇਹ ਉਹਨਾਂ ਜ਼ਮਾਨਿਆਂ 'ਚ ਉਹ ਕੋਈ ਹਾਜ਼ੀ ਮਸਤਾਨ ਹੋਏ ਜਾਂ ਬਾਅਦ 'ਚ ਦਾਊਦ ਇਬਰਾਹਿਮ ਤੇ ਉਹਨਾਂ ਦੇ ਨਾਂ ਨਾਲ ਜੋੜ ਦਿੱਤਾ ਜਾਂ ਹੁਣ ਹਿੰਦੂ ਤਵੀਆਂ ਦੇ ਆਪਣੇ ਜਿਹੜੇ ਨੇ ਉਸ ਬਲੈਕ ਮਾਰਕੀਟ ਵਾਲੇ ਨੇ ਸੋ ਜਿੰਨਾ ਮਰਜ਼ੀ ਇਹ ਉਹਨਾਂ ਫਿਲਮਾਂ ਦੇ ਵਿੱਚ ਮੋਰੈਲਿਟੀ ਤੇ ਦੇਸ਼ ਭਗਤੀ ਤੇ ਫਲਾਣਾ ਤੇ ਠੰਮਕਾ ਦਖਾਂਡ ਜੀ ਇਹਨਾਂ ਦੀ ਇਨਵੈਸਟਮੈਂਟ ਵੀ ਫਿਲਮਾਂ ਬ੍ਰਾਂਡ ਤੇ ਬਲੈਕ ਮਨੀ ਦੀ ਰਹੀ ਹੈ ਬਿਲਕੁਲ ਔਰ ਜਿਹੜੇ ਬਲੈਕ ਮਨੀ ਇਨਵੈਸਟ ਕਰਦੇ ਨੇ ਫॉर ਇਵੈਂਚੁਅਲੀ ਬਾਕੀ ਉੱਪਰ ਤੱਕ ਪਹੁੰਚਣ ਲਈ ਮੋਰਲ ਔਰ ਦੂਜੇ ਕੀ ਇਸ਼ੂ ਨੇ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਸੋ ਇਹੀ ਕਾਰਨ ਸੀ ਕਿ ਇੱਕ ਜ਼ਮਾਨੇ ਦੇ ਵਿੱਚ ਜਿਹੜੇ ਖੁਦ ਫਿਲਮ ਇੰਡਸਟਰੀ ਸੀ ਉਹ ਕਦੇ ਨਹੀਂ ਸੀ ਚਾਹੁੰਦੇ ਵੀ ਉਹਨਾਂ ਦੀਆਂ ਬੱਚੀਆਂ ਜਾਂ ਨੋਹਾਂ ਜਿਹੜੀਆਂ ਨੇ ਫਿਲਮ ਇੰਡਸਟਰੀ 'ਚ ਆਉਣ ਜਿਨ੍ਹਾਂ ਦੇ ਵਿੱਚ ਪ੍ਰਥਵੀ ਰਾਜ ਕਪੂਰ ਵਰਗੇ ਕੈਰੈਕਟਰ ਸੀ ਹਨ ਇਹ ਵਕਰੀ ਕਹਾਣੀ ਹੈ ਕਿ ਹੁਣ ਉਹਨਾਂ ਟੱਬਰਾਂ ਦਾ ਵੀ ਕੀ ਹਾਲ ਹੋਇਆ ਜੀ لیکن ਹੁਣ ਇਹ ਜਦੋਂ 2014 ਚ ਇਹਨਾਂ ਦੇ ਕੋਲ ਆਇਆ ਸਾਰਾ ਉਸ ਤੋਂ ਪਹਿਲਾਂ ਵੀ ਇੱਕ ਸਟੇਜ ਆਈ ਜਦੋਂ ਕਿ ਕੁਝ ਜਿਹੜੇ ਲਿਬਰਲ ਲੋਕਾਂ ਦਾ ਅਸਰ ਹੋਇਆ ਕਿ ਜੀ ਦੋਨੋਂ ਪਾਸਿਆਂ ਦੇ ਕਲਾਕਾਰ ਵੀ ਕੰਮ ਕਰਨ ਪਾਕਿਸਤਾਨ ਦੇ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਆਰਟ ਹੈ ਗਾਇਕੀ ਔਰ ਅਦਾ ਜਾਂ ਦੂਸਰਾ ਕਿਉਂਕਿ ਬਾਲੀਵੁੱਡ ਇੰਡਸਟਰੀ ਦੀ ਚਮਕਦਮਕ ਇੰਨੀ ਸੀ ਕਿ ਉਹਨੇ ਅਲਟੀਮੇਟਲੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਨੂੰ ਵੀ ਕਿਲ ਕੀਤਾ ਜੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਇਹ ਉਹਨਾਂ ਦੇ ਲਈ ਓਪਰਚੁਨਿਟੀ ਖੁੱਲੀ ਕਿ ਵੀ ਉੱਥੋਂ ਦੇ ਜਿਹੜੇ ਐਕਟਰ ਐਕਟ੍ਰੈਸਸ ਨੇ ਇੱਥੇ ਆ ਕੇ ਆਪਣੇ ਫਨ ਦਾ ਮਜ਼ਾਕਾ ਕਰਦੇ ਸੀ ਜੀ ਔਰ ਫਿਰ ਇਹਨਾਂ ਨੇ ਪਹਿਲੀ ਵੇਵ ਤਾਂ ਜਦੋਂ ਵੀ ਇਹ ਅਸੀਂ ਦੇਖਦੇ ਆ ਕਿ ਕਿਸ ਕਿਸਮ ਦੀ ਹੈ ਹਿੰਦੂਤਵੀ ਨਫ਼ਰਤ ਹੈ ਜਿਵੇਂ ਆ ਦੋ ਦਿਨ ਪਹਿਲੇ ਅਸੀਂ ਦੇਖਿਆ ਕਿ ਕਸ਼ਮੀਰ ਜਿਹੜੇ ਇਨੋਸੈਂਟ ਮਾਰੇ ਜਾ ਰਹੇ ਨੇ ਉਹਨਾਂ ਦੇ ਮਾਮਲੇ 'ਚ ਜੇ ਉਹਨਾਂ ਦੇ ਕ੍ਰਿਕਟਰ ਅਫਰੀਦੀ ਨੇ ਕਮੈਂਟ ਕੀਤਾ ਤੇ ਕਿਵੇਂ ਉਹ ਗੌਤਮ ਗੰਭੀਰ ਇਹਨਾਂ ਦਾ ਕ੍ਰਿਕਟਰ ਹੋਏ ਜਾਂ ਦੂਜੇ ਹੋਣ ਪੰਜੇ ਝਾੜ ਕੇ ਮਗਰ ਪੈ ਗਏ ਜੀ ਸੋ ਇਹ ਸਾਰਾ ਮਾਹੌਲ ਹੈ ਜਿਹੜਾ 70 ਸਾਲ ਦੇ ਵਿੱਚ ਸਿਰਜਿਆ ਗਿਆ ਕਿ ਉਹ სპੋਰਟਸਮੈਨ ਹੋਣ ਉਹ ਫਿਲਮ ਨਾਲ ਸੰਬੰਧਿਤ ਲੋਕ ਹੋਣ ਕਿਉਂਕਿ ਬਾਰਡਰਸ ਤੇ ਕਿਲਿੰਗਸ ਹੋ ਰਹੀਆਂ ਸੀ ਓਮ ਪੂਰੀ ਜਿਹੜਾ ਆਪਣੀ ਕਿਸਮ ਦਾ ਬੰਦਾ ਸੀ ਉਹਨੇ ਇੱਕ ਕਮੈਂਟ ਕਰ ਦਿੱਤਾ ਉਹਨੇ ਕਿਹਾ ਜੀ ਫੌਜੀ ਜਿਹੜਾ ਉਹ ਭਰਤੀ ਇਸ ਲਈ ਹੁੰਦਾ ਹੈ ਕਿ ਵੀ ਉਹਨੇ ਮਰਨਾ ਹੀ ਹੈ ਕਦੇ ਤਾਂ ਜੀ ਔਰ ਉਹਦੇ ਇਸ ਤਰ੍ਹਾਂ ਪਿੱਛੇ ਪਏ ਕਿਉਂਕਿ ਉਹ ਪਾਕਿਸਤਾਨ ਨੂੰ ਐਡਮਾਇਰ ਕਰਦਾ ਸੀ ਉਹਨਾਂ ਦੇ ਵੀ ਟਾਕ ਸ਼ੋਜ਼ ਤੇ ਉਹ ਜਾਂਦਾ ਸੀ ਪਾਕਿਸਤਾਨ ਵਿਜ਼ਿਟ ਵੀ ਕਰਦਾ ਸੀ ਬਿਲਕੁਲ ਵੀ ਉਹਦਾ ਨੱਕ ਦੇ ਨਾਲ ਲੀਖਾਂ ਕਢਾਈਆਂ ਔਰ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਸ਼ਮਸ਼ੈਨਾ ਨੇ ਔਰ ਹਿੰਦੂ ਤੋਂ ਵੀ ਜਥੇਬੰਦੀਆਂ ਨੇ ਕਿ ਜਿਹੜੇ ਪਾਕਿਸਤਾਨੀ ਐਕਟਰ ਸੀ ਉਹ ਸਭ ਕੁਝ ਆਪਣਾ ਛੱਡ ਛੜਾ ਕੇ ਐਕਟਰ ਐਕਟ੍ਰੈਸਿਸ ਪੈਕ ਓਕੇ ਚਲੇਗੇ ਜੀ ਫਿਰ ਇਹਨਾਂ ਨੇ ਟਾਰਗੇਟ ਉਹਨਾਂ ਨੂੰ ਕੀਤਾ ਕਿ ਵੀ ਇੱਕ ਤਾਂ ਇੱਕ ਪਾਸੇ ਜਿਹੜੀ ਇੱਕ ਜ਼ਮਾਨੇ ਦੀ ਤੁਸੀਂ ਜੇ 50 60 ਦੇਖੋ ਮੈਨੂੰ ਉਹਨਾਂ ਨੂੰ ਨਹੀਂ ਸੀ ਪਤਾ ਹੁਣ ਤਾਂ ਇੰਟਰਨੈਟ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹਾਲਾ ਮੁਗਲ-ਏ-ਆਜ਼ਮ ਪਤਾ ਹੈ ਕਿ ਵੀ ਇੰਨੇ ਵੱਡੀ ਬਜਟ ਦੀ ਫਿਲਮ ਔਰ ਅੱਜ ਤੱਕ ਵੀ ਜਿਹੜੀਆਂ ਕਲਾਸਿਕਸ ਨੇ ਅਕਬਰ ਨੂੰ ਜਿਹੜਾ ਹੈ ਉਸੇ ਮੁਗਲ-ਏ-ਆਜ਼ਮ ਆਪਣੇ ਤੌਰ ਤੇ ਬੜੀਆਂ ਕਿਤਾਬ ਪਰ ਇਸ ਦੌਰ ਜੀਵਨ 50 60 ਜੋ ਸ਼ਾਹਜਹਾਂ ਦੇ ਉੱਤੇ ਬਾਬਰ ਦੇ ਉੱਤੇ ਜਹਾਂਗੀਰ ਦੇ ਉੱਤੇ ਵੀ ਫਿਲਮਾਂ ਬਣੀਆਂ ਔਰ ਬੜੀਆਂ ਕਲਾਸਿਕ ਕਿਸਮ ਦੀਆਂ ਫਿਲਮ ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀ ਉਸ ਵੇਲੇ ਦੀ ਹਿਸਟਰੀ ਸੀ ਉਹਦੇ ਨੇੜੇ ਰਹਿ ਕੇ ਉਸ ਨੂੰ ਬਣਾ ਲੇਕਿਨ ਜਦੋਂ ਮਾਹੌਲ ਬਦਲਿਆ ਹੁਣ ਇੱਕ ਪਾਸੇ ਤਾਂ ਹਰ ਚੀਜ਼ ਜਿਹਦਾ ਸਬੰਧ ਗੈਰ ਹਿੰਦੂਆਂ ਨਾਲ ਸੀ ਜਨਾ ਦੇ ਵਿੱਚ ਸਾਰਾ ਹੀ ਮੁਗਲ ਕਾਲ ਸੀ ਉਹਨੂੰ ਡਿਮਾਈਜ਼ ਕੀਤਾ ਜੀ ਔਰ ਸੜਕਾਂ ਦੇ ਨਾਮ ਬਦਲਣ ਤੋਂ ਲੈ ਕੇ ਜਫੇਰ ਜਿਨਾ ਜਵੇਂ ਇਹਨਾਂ ਨੇ ਹੌਲੀ 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 ਜਿਹੜੀਆਂ ਪੈਰਲਲ ਇਹਨਾਂ ਦੇ ਫਿਕਸ਼ਨ ਕਰੈਕਟਰ ਸੀ ਬਾਹੂਬਲੀ ਜੀ ਜਾਂ ਦੂਜੇ ਹੁਣ ਇਹ ਉਹ ਕਰੈਕਟਰ ਨੇ ਜਿਹਦੇ ਵਿੱਚ ਹੀਰੋ ਜਿਹੜਾ ਉਹ Hindu ਤੋਂ ਵੀ ਵਿਚਾਰ ਤਾਰਾ ਵਾਲਾ ਟਿੱਕਾ ਲੱਗਾ ਡੋਲੇ ਦੇ ਉੱਤੇ ਉਹ ਹਨੂਮਾਨ ਚਲਿਖਾ ਪੜ੍ਹ ਕੇ ਆ ਗਿਆ ਉਹਦੇ ਤੇ ਬਨ ਕੇ ਕੁਝ ਜੀ ਸੋ ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜੀ ਆਈਡੀਓਲੋਜੀ ਹੈ ਸਾਡੀ ਐਸਪੀਰੀਅਰ ਆਈਡੀਓਲੋਜੀ ਹੈ ਬਿਲਕੁਲ ਉਹ ਜਿਸ ਮਾਹੌਲ ਚ ਜੇ ਉੱਥੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਆਮਰ ਖਾਨ ਨੇ ਆਪਣੀ ਵਾਈਫ ਦੇ ਹਵਾਲੇ ਨਾਲ ਕਿਹਾ ਵੀ ਉਹ ਇਨਸਿਕਿਉਰ ਹੈ ਔਰ ਇਸ ਹੱਦ ਤੱਕ ਇਹ ਗਏ ਕਿ ਜੀ ਪਾਕਿਸਤਾਨ 'ਤੇ ਜੋ ਇਹਨਾਂ ਨੂੰ ਜੀ ਇਹ ਸਾਰਿਆਂ ਨੂੰ ਕਰੋ ਸੋ ਜਦੋਂ ਅਸੀਂ ਇਸ ਜੋਧਪੁਰ ਦੀ ਇਸ ਕੋਰਟ ਦਾ ਜਿਹੜਾ ਕਿ ਇੱਕ ਘਟਨਾ ਜਿਹੜੀ ਕਿ ਆਲਮੋਸਟ ਇੱਕ ਪਹਿਲੀ ਅਕਤੂਬਰ 1998 ਨੂੰ 20 ਸਾਲ ਪਹਿਲਾਂ ਹੋਈ ਜੋਧਪੁਰ ਦੇ ਨੇੜੇ ਕਨਕਾਨੀ ਪਿੰਡ ਜੀ ਉੱਥੇ ਇਹ ਸਾਰੀ ਟੀਮ ਜਿਹੜੀ ਹੈ ਇਹ ਇਹਨਾਂ ਦੀ ਸ਼ੂਟਿੰਗ ਲਈ ਗਈ ਹੋਈ ਸੀ ਜਿਸ ਸਲਮਾਨ ਖਾਨ ਔਰ ਉਹਨਾਂ ਚ ਤਿੰਨ ਚਾਰ ਜਿਹੜੇ ਨੇ ਸੈਫ ਅਲੀ ਖਾਨ ਔਰ ਤੱਬੂ ਜੀ ਜਿਹੜੀ ਜਿਸ ਕੁੜੀ ਨੇ ਮੁਸਲਮਾਨ ਕੁੜੀ ਹੈ ਹైదరాబాద్ ਦੀ ਮਾਚਿਸ਼ ਜਿਹੜੀ ਕਿ ਗੁਲਜ਼ਾਰ ਨੇ ਫਿਲਮ ਬਣਾਈ ਜਿਹੜੀ ਕਿ ਆਪਣੇ ਕਿਸਮ ਦੀ ਸੀ ਜਿਹਦੇ ਚ ਪਹਿਲੀ ਵਾਰ ਹੁਣ ਤਾਂ ਬਹੁਤ ਸਾਰੀਆਂ ਫਿਲਮਾਂ ਸਾਹਮਣੇ ਆਈਆਂ ਨੇ ਕਰੰਟ ਦੌਰ ਦੇ ਉੱਤੇ ਵੀ ਹੋਰ ਵੀ ਪਾਈਪਲਾਈਨ 'ਚ ਨੇ ਪਰ ਉਹ ਇੱਕ ਕਲਾਸਿਕ ਜਿਹੜੀ ਹੈ ਇੱਕ ਨਵਾਂ ਟ੍ਰੈਂਡ ਸੀ ਜਦ ਹਾਲਾਂਕਿ ਜਿਹਦੇ ਚ ਉਹਨੇ ਆਪਣੇ ਵੱਲੋਂ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਜਿਹੜਾ ਲੀਡ ਰੋਲ ਸੀ ਦਾ ਤੱਬੂ ਦਾਸ ਸੀ ਇਸ ਮੁਸਲਮਾਨ ਹైదరాబాద్ ਦੀ ਕੁੜੀ ਦਾ ਜੀ ਔਰ ਕਿਉਂਕਿ ਗੁਲਜ਼ਾਰ ਨੇ ਬਣਾਈ ਬਹੁਤਿਆਂ ਨੂੰ ਪਤਾ ਨਹੀਂ ਔਰ ਜਦੋਂ ਗੁਲਜ਼ਾਰ ਨੇ ਕਿਉਂਕਿ ਕਰੰਟ ਸਟਰਗਲ ਦੇ ਉੱਤੇ ਔਰ ਉਹਦੇ ਵਿੱਚ ਕੁਝ ਡਾਇਲੋਗ ਨੇ ਜਿਹਦੇ ਵਿੱਚ ਕਿ ਉਹ ਦੱਸ ਰਹੇ ਨੇ ਵੀ ਸਿੱਖਾ ਨਹੀਂ ਆ ਵੀ ਗਵਾਇਆ ਆ ਵੀ ਗਵਾਇਆ ਸੀ ਇੱਥੇ ਆਏ ਆ ਸਾਡੇ ਨਾਲ ਕੀ ਹੋ ਰਿਹਾ ਹੈ ਆਰਮਡ ਸਟਰਗਲ ਦੇ ਨਾਲ ਸੰਬੰਧਿਤ ਸੀ ਜੀ ਔਰ ਬਹੁਤ ਸਾਰੇ ਕ੍ਰਿਟਿਕ ਔਰ ਦੂਜੇ ਜਿਹੜੇ ਸੀ ਫਿਲਮ ਦੇ ਔਰ ਦੂਜਿਆਂ ਨੇ ਕਮੈਂਟ ਕੀਤਾ ਕਿ ਗੁਲਜ਼ਾਰ ਵਿਚਲਾ ਸੰਪੂਰਨ ਸਿੰਘ ਕਲਰਾ ਬਾਹਰ ਆ ਗਿਆ ਕਿਉਂਕਿ ਗੁਲਜ਼ਾਰ ਸਿੱਖ ਬੈਕਗਰਾਉਂਡ ਦਾ ਸੰਪੂਰਨ ਸਿੰਘ ਉਹਦਾ ਕਾਲਰਾ ਸੰਪੂਰਨ ਸਿੰਘ ਕਾਲਰਾ ਦਾ ਨਾ ਸੀ ਔਰ ਬਿਸ਼ੱਕ ਉਹ ਉਸ ਫਿਲਮ ਦੇ ਉਹਨੂੰ 네ਗੇਟਿਵਿਟੀ ਵੀ ਕੀਤੀ ਪਰ ਤੱਬੂ ਦੇ ਰੋਲ ਨੇ ਜਿਹੜਾ ਬਿਲਕੁਲ ਇੱਕ ਸਿੱਖ ਕੁੜੀ ਵਾਂਗ ਸੀ ਔਰ ਮੈਨੂੰ ਯਾਦ ਹੈ ਵੀ ਸ਼ੇਖਰ ਗੁਪਤਾ ਜਿਹੜਾ ਫਿਰਕੂ ਇੱਕ ਭਰਿਆ ਹੈ ਨਫ਼ਰਤ ਨਾਲ ਉਹਨੇ ਉਹਨੂੰ ਇੰਟਰਵਿਊ ਕੀਤਾ ਕਿਸ ਆਪਣੀ ਸ਼ਾਦੀ ਇੰਡੀਆ ਟੂਡੇ ਲਈ ਕਿਤੇ ਜੀ ਉਹਨੇ ਹਲਾ ਉਹ ਇਹ ਕਹਿਣਾ ਚਾਹੁੰਦਾ ਸੀ ਕਿ ਕਿਵੇਂ ਉਹਨੇ ਕਿਹਾ ਜੀ ਕਿ ਤੁਸੀਂ ਬਿਲਕੁਲ ਲੱਗਦਾ ਹੀ ਨਹੀਂ ਸੀ ਕਿ ਮੁਸਲਮਾਨ ਹੋ ਇੱਕ ਸਿੱਖ ਕੁੜੀ ਦੇ ਨਾਤੇ ਸੀ ਔਰ ਤੁਹਾਨੂੰ ਐਸਾ ਇਹ ਸਿੱਖ ਲੱਗਣ ਦੇ ਪਿੱਛੇ ਤੁਹਾਡੇ ਅੰਦਰ ਲੀਆਂ ਕੀ ਭਾਵਨਾਵਾਂ ਸੀ ਹੁਣ ਜਿਹੜੀ ਸ਼ਰਾਰਤ ਸੀ ਉਹਨੇ ਜਵਾਬ ਤਾਂ ਬੈਲੈਂਸ ਦਿੱਤਾ ਪਰ ਸ਼ਰਾਰਤ ਇਹ ਸੀ ਕਿ ਜਿਹਦੇ ਥੱਲੇ ਤੁਸੀਂ ਇਹ ਪ੍ਰੈਜ਼েন্ট ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਐਜ਼ ਇਫ ਇਹਨਾਂ ਦੀ ਆਪਣੀ ਪੀੜ ਹੈ ਜਿਹੜੀ ਉਹਨਾਂ ਨੇ ਲਕਾਈ ਹੈ ਔਰ ਉਹ ਬਾਲੀਵੁੱਡ ਦੀ ਸ਼ਾਨ ਦੇ ਵਿੱਚ ਜਿਹੜਾ ਉਹ ਗਵਾਚਣ ਦੀ ਗੱਲ ਹੈ ਸੋ ਇਹ ਸਾਰੀ ਟੀਮ ਸੀ ਔਰ ਇਸ ਏਰੀਆ ਚ ਜੋਧਪੁਰ ਦੇ ਜਿਹੜਾ ਇਹਨਾਂ ਦਾ ਮੇਨ ਪਿੰਡ ਦਾ ਨਾਂ ਕੰਕਾਣੀ ਕੰਕਾਣੀ ਪਿੰਡ ਜੀ ਹੁਣ ਇਹ ਜਿਹੜੀ ਸਾਰੀ ਬੈਲਟ ਹੈ ਰਾਜਸਥਾਨ ਦੀ ਇਹ ਬਿਸ਼ਨੋਈਆਂ ਦੀ ਬੈਲਟ ਹੈ ਬਿਸ਼ਨੋਈ ਇੱਕ ਟ్రਾਈਬ ਹੈ ਔਰ ਇਸ ਕਿਸਮ ਦਾ ਟ్రਾਈਬ ਜਿਹੜੀ ਸਾਡੇ ਲਈ ਤਾਂ ਸਾਡੇ ਮਨਾਂ ਚ ਨਫ਼ਰਤ ਨਿਕਲਦੀ ਹੈ ਪਰ ਅਸੀਂ ਕਬੀਲੇ ਨਾਲ ਨਾ ਵੀ ਨਫ਼ਰਤ ਕਰੀਏ ਭਜਨ ਲਾਲ ਜੀ ਜਿਹੜਾ ਹਰਿਆਣੇ ਦਾ ਚੀਫ ਮਨਿਸਟਰ ਬਿਸ਼ਨਾਹੀ ਜਨੇ ਆਪਣੇ ਚੀਫ ਮਿਨਿਸਟਰੀ ਕਾਲ ਦੇ ਦੌਰਾਨ ਜੋ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਜਿਸ ਕਿਸਮ ਦਾ ਬਸਾਂ ਚੋਂ ਲਾ ਲਾ ਕੇ ਬੀਬੀਆਂ ਦੀ ਬੇਪਤੀ ਕੀਤੀ ਔਰ ਦੂਸਰਾ ਸੋ ਹੁਣ ਇੱਕ ਪਾਸੇ ਜਦੋਂ ਕਿ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ 10000 ਰੁਪਿਆ ਜੁਰਮਾਨਾ ਔਰ ਸਾਰਾ ਭਾਰਤ ਜਿਹੜਾ ਉਹਨਾਂ ਦਾ ਮੀਡੀਆ ਇਨਕਲੂਡਿੰਗ ਟ੍ਰਿਬਿਊਨ ਜੀ ਲਾ ਹੈਜ਼ ਪ੍ਰਿਵੇਡ ਜਸਟਿਸ ਹੈਜ਼ ਬੀਨ ਡਨ ਔਰ ਨੋਬਾਡੀ ਇਜ਼ ਅਬੋਵ ਦਾ ਲਾ ਜੀ ਇਹ ਕਰ ਰਹੇ ਨੇ ਨਾਲ ਦੀ ਨਾਲ ਸਟੋਰੀਜ਼ ਬਜਾਏ ਕਿ ਕੋਈ ਹੋਰ ਇਸ ਦੇ ਨਾਲ ਦੱਸਣ ਦੇ ਕਿ ਇਹ ਇਹੀ ਮੁਲਕ ਹੈ ਜਿਸ ਮੁਲਕ ਦੇ ਵਿੱਚ 34 ਸਾਲ ਪਹਿਲਾਂ ਹਜ਼ਾਰਾਂ ਸਿੱਖ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਕੋ-ਕੋ ਕੇ ਮਾਰੇ ਗਏ 30000 ਦੇ ਕਰੀਬ ਰਫਲੀ ਫਿਗਰ ਜੀ ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਿਆ ਨਹੀਂ ਮਿਲਿਆ ਜੱਥੇ 2000 ਤੋਂ ਜ਼ਿਆਦਾ ਮੁਸਲਮਾਨ 2002 ਦੇ ਵਿੱਚ ਗੁਜਰਾਤ ਦੇ ਵਿੱਚ ਇਸੇ ਮੋਦੀ ਨੇ ਜਿਹੜਾ ਪ੍ਰਾਈਮ ਮਿਨਿਸਟਰ ਹੈ ਇਹਦੀ ਡਾਇਰੈਕਟ ਸਰਪ੍ਰਸਤੀ ਥੱਲੇ ਮਾਰੇ ਗਏ ਈਸਾਈਓ ਕੰਦਮਾਲ ਹੋਏ ਓਡੀਸ਼ਾ ਦਾ ਔਰ ਦਲਤਾਂ ਦੇ ਉੱਤੇ ਜਿਹੜੇ ਜ਼ੁਲਮ ਨੇ ਇਹਨਾਂ 17 ਸਾਲਾਂ ਚ ਚਾਰ ਦਿਨ ਪਹਿਲਾਂ ਅਸੀਂ ਦੇਖਿਆ ਕਿ 9 10 ਦਲਤ ਕਿਵੇਂ ਮਧ ਪ੍ਰਦੇਸ਼ ਗੁਜਰਾਤ ਰਾਜਸਥਾਨ ਦੇ ਵਿੱਚ ਜਿਹੜਾ ਉਹ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਹੁਣ ਇਹ ਅਦਾਲਤੀ ਸਿਸਟਮ ਜਿਹਨਾਂ ਦੇ ਜਿਸ ਸਿਸਟਮ ਦੇ ਵਿੱਚ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਔਰ ਕਿਉਂਕਿ ਉਹ ਇਨਸਾਨੀ ਜ਼ਿੰਦਗੀ ਜਿਹੜੀ ਰੋਲੀ ਜਾ ਰਹੀ ਹੈ ਜਾਂ ਜਿਹੜੀ ਰੋਲੀ ਗਈ ਹੈ ਜਾਂ ਜਿਸ ਨੂੰ ਜਸਟਿਸ ਨਹੀਂ ਮਿਲਿਆ ਉਹ ਇਨਸਾਨੀ ਜ਼ਿੰਦਗੀ ਕਿਸੇ ਸਿੱਖ ਦੀ ਹੈ ਕਿਸੇ ਮੁਸਲਮਾਨ ਦੀ ਹੈ ਕਿਸੇ ਈਸਾਈ ਦੀ ਹੈ ਕਿਸੇ ਦਲਤ ਦੀ ਹੈ ਜਾਂ ਕਿਸੇ ਐਸੇ ਗਰੀਬ ਦੀ ਹੈ ਜਿਸ ਦੇ ਸਾਹਮਣੇ ਜਿਹੜਾ ਉਹ ਉਦੇ ਕੋਲ ਜਸਟਿਸ ਲੈਣ ਦੇ ਲਈ ਉਹਨੂੰ ਸਾਧਨ ਹੀ ਨਹੀਂ ਸੀ ਕਿ ਉਹ ਜੱਜਾਂ ਨੂੰ ਜਿਹੜੇ ਥੱਲੋਂ ਲੈ ਕੇ ਉੱਤੇ ਸੁਪਰੀਮ ਕੋਰਟ ਤੱਕ ਕਰਪਟ ਨੇ ਜੀ ਉਹਨਾਂ ਨੂੰ ਬ੍ਰਾਈਬ ਕਰ ਸਕਦਾ ਜਾਂ ਉਹਨਾਂ ਨੂੰ ਇਸ ਤੋਂ ਜਸਟਿਸ ਮਿਲਦਾ ਹੁਣ ਆ ਰਿਹਾ ਹੈ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਇਹੀ ਬਿਆਨ ਅੱਜ ਦਿੱਤਾ ਉਹਨਾਂ ਨੇ ਕਿਹਾ ਜੀ ਸਲਮਾਨ ਖਾਨ ਨੂੰ ਇਸ ਲਈ ਸਜ਼ਾ ਹੋਈ ਹੈ ਕਿਉਂਕਿ ਉਹ ਮੁਸਲਮਾਨ ਹੈ ਮੁਸਲਮਾਨ ਹੈ ਪਰ ਇਸ ਤੋਂ ਉੱਤੇ ਇੱਕਦਮ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਜੀ ਭਾਰਤ ਕਾਨੂੰਨ ਜਸਟਿਸ ਦਿਸ ਥੈਟ ਔਰ ਇਹ ਸਾਰਾ ਪਾਰਟ ਜਿਹੜਾ ਹੁਣ ਦੂਜੇ ਪਾਸੇ ਮੈਂ ਦੇਖ ਰਿਹਾ ਸੀ ਇਨਕਲੂਡਿੰਗ ਬੀਬੀਸੀ ਦੀਆਂ ਡਿਫਰੈਂਟ ਸਰਵਿਸਿਜ਼ ਇੰਗਲਿਸ਼ ਹਿੰਦੀ ਪੰਜਾਬੀ ਪੂਰੇ ਆਰਟੀਕਲ ਕਿ ਬਿਸ਼ਨੋਈ ਕੌਣ ਨੇ ਔਰ ਕਿਵੇਂ ਬਿਸ਼ਨੋਈ ਜਿਹੜੇ ਨੇ ਉਹ ਵਾਈਲਡ ਲਾਈਫ ਨੂੰ ਪਿਆਰ ਕਰਦੇ ਨੇ ਬਿਸ਼ਨੋਈ ਦਰਖਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਹਿਸਟਰੀ ਕਿ 15ਵੀਂ ਸਦੀ 'ਚ ਉਹਨਾਂ ਦਾ ਗੁਰੂ ਹੋਇਆ ਔਰ ਕਿਵੇਂ 150 ਸਾਲ ਪਹਿਲਾਂ ਉਹ ਲੜੇ ਜਦੋਂ ਜੋਧਪੁਰ ਦੇ ਰਾਜੇ ਨੇ ਕਿ ਆਹ ਦਰਖਤ ਕੱਟ ਦਿਓ ਔਰ ਉਹਨਾਂ ਦੀਆਂ ਜਰਾਨੀਆਂ ਆ ਗਈਆਂ ਕਿ ਸਾਡਾ ਸਿਰ ਕੱਟ ਦਿਓ ਦਰਖਤ ਨਹੀਂ ਕਟਣੇ ਹੈ ਔਰ ਦੂਸਰਾ ਹੁਣ ਇੱਕ ਪਾਸੇ ਇਸ ਕਿਸਮ ਦਾ ਪ੍ਰਚਾਰ ਕਰਕੇ ਦੱਸਿਆ ਜਾ ਰਿਹਾ ਕਿ ਜਿਵੇਂ ਬਹੁਤ ਵੱਡਾ ਉਹਨੇ ਗੁਨਾਹ ਕੀਤਾ ਸਰਮਾਨ ਖਾਨ ਨੇ ਪਰ ਜੇ ਤੁਸੀਂ ਕੁੱਲ ਮਿਲਾ ਕੇ ਟ੍ਰੈਂਡ ਦੇਖੋਗੇ ਫਿਰ ਇਹੀ ਨਹੀਂ ਹੈ ਕਿ ਇਹ ਹੁਣ ਪਹਿਲਾ ਵਿਕਟਮ ਬਣਿਆ ਹਾਲਾਂ ਸੁਨੀਲ தਤ ਜਿਹਦੀ ਵਾਈਫ ਨਰਗਿਸ ਉਹਨਾਂ ਦਾ ਮੁੰਡਾ ਸੰਜੇ தਤ ਹੁਣ ਕਿਉਂਕਿ ਨਰਗਿਸ ਦਾ ਸਬੰਧ ਮੁਸਲਮਾਨ ਘਰਾਨੇ ਨਾਲ ਸੀ ਸੰਜੇ தਤ ਜ਼ਾਰਾ ਤੌਰ ਦੇ ਉੱਤੇ ਜਿਹੜਾ ਅਸਰ ਮਾਪਿਓ ਦਾ ਹੁੰਦਾ ਹੀ ਹੈ ਔਰ ਸੁਨੀਲ ਦਾ ਇੱਕ ਲਿਬਰਲ ਕਿਸਮ ਦਾ ਬੰਦਾ ਹੈ ਔਰ ਉਹ ਕਲੇਮ ਕਰਦੇ ਸੀ ਕਿ ਅਸੀਂ ਹੁਸੈਨੀ ਬ੍ਰਾਹਮਣ ਔਰ ਜਿਹੜੇ ਹੁਸੈਨੀ ਬ੍ਰਾਹਮਣ ਨੇ ਉਹ ਆਪਣਾ ਸਬੰਧ ਕਰਬਲਾ ਦੀ ਜੰਗ ਨਾਲ ਜੋੜਦੇ ਨੇ ਔਰ ਇਸ ਲਈ ਜਿਹੜਾ ਇੱਕ ਖਾਸ ਮੌਕੇ ਦੇ ਉੱਤੇ ਇਹਨਾਂ ਨੂੰ ਨਵਾਜਿਆ ਜਾਂਦਾ ਸੋ ਉਹ ਦੱਤ ਫੈਮਿਲੀ ਵੀ ਆਪਣੇ ਆਪ ਨੂੰ ਜਿਹੜਾ ਉਹ ਹੁਸੈਨੀ ਬ੍ਰਾਹਮਣ ਦੇ ਨਾਤੇ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਨੇੜੇ ਸਭ ਦੇ ਸੀ ਸੰਜੇ ਦੱਤ ਵੀ ਜੀ ਔਰ ਫਿਰ ਉਹਨਾਂ ਨੇ ਜਿਸ ਮਾਮਲੇ ਦੇ ਵਿੱਚ ਕੇਕੇ 47 ਜਣ ਦੇ ਬਰਾਮਦਗੀ ਦੇ ਨਾਂ ਥੱਲੇ ਜਿਵੇਂ ਫਿਰ ਉਹਦੀਆਂ ਹਕੀਸੀਆਂ ਕਢਾਈਆਂ ਪਹਿਲਾਂ ਸੁਨੀਲ ਦੱਤ ਦੀ ਜੀ ਉਹ ਵਿਚਾਰਾ ਉਸੇ ਹੀ ਫਰਸਟ੍ਰੇਸ਼ਨ ਗਿਆ ਔਰ ਮੁੰਡੇ ਦੀ ਕਿੰਨੀ ਵਾਰ ਜਾ ਕੇ ਜਦੋਂ ਤੱਕ ਉਹ ਜਿਹੜਾ ਗੁੰਡਾ ਮਹਾਰਾਸ਼ਟਰ ਦਾ ਹਿਟਲਰ ਬਾਲ ਠਾਕਰੇ ਜੀ ਤਰਲੇ ਕਰ ਕਰਕੇ ਗੜ ਚੁਨੇ Shivji ਦੇ ਲੋਕ ਰਪਾਏ ਮੱਥੇ ਤੇ ਵੱਡਾ ਲਾਲ ਟਿੱਕਾ ਲਾ ਕੇ ਰੱਖਿਆ ਬਾਰ ਬਾਰ ਜਾ ਕੇ ਮੰਦਰਾਂ ਦੇ ਨੱਕ ਰਗੜੇ ਇਹ ਦੱਸਣ ਲਈ ਕਿ ਭਾਵੇਂ ਮੈਨੂੰ ਮੁਸਲਮਾਨ ਮਾਨ ਹੈ ਜਮੈਂ ਪਰ ਮੈਂ ਪੱਕਾ Hindu ਹਾਂ ਔਰ ਉਹਨੂੰ ਉਹ ਕਰ ਕਰਾ ਕੇ ਸੋ ਇਹ ਜਦੋਂ ਅਸੀਂ ਸਾਰੇ ਪੈਟਰਨ ਨੂੰ ਦੇਖਦੇ ਕਿ ਭਈ ਉਹੀ ਕਾਤਲ ਜਿਨ੍ਹਾਂ ਦਾ ਸਬੰਧ ਦੂਜੀ ਵਟ ਗਿਣਤੀ ਦੇ ਨਾਲ ਹੈ ਜੀ ਉਹਨਾਂ ਨੂੰ ਕਦੇ ਵੀ ਜਿਹੜਾ ਅਕਾਉਂਟੇਬਲ ਨਹੀਂ ਠਹਿਰਾਇਆ ਗਿਆ ਤੇ ਜੇ ਅਸੀਂ ਦੇਖਦੇ ਹਾਂ ਕਿ ਇਧਰ ਭਾਵੇਂ ਲਾਲੂ ਯਾਦਵ ਹੈ ਜਾਂ ਦੂਸਰੇ ਨੇ ਠੀਕ ਕਰਪਸ਼ਨ ਕਾਪਸ਼ਨ ਹੈ ਕੋਈ ਵੀ ਕਰੇ ਜੀ ਲੇਕਿਨ ਇਥੇ ਕਈ ਹਜ਼ਾਰ ਕਰੋੜ ਲੈ ਕੇ ਲੋਕਾਂ ਦਾ ਪੈਸਾ ਉਹ ਨੀਰਜ ਮੋਦੀ ਹੋਏ ਕੋ ਹੋਰ ਮੋਦੀ ਹੋਏ ਕੋਈ ਅਡਾਨੀ ਹੋਏ ਉਹ ਨਿਕਲ ਵੀ ਜਾਂਦੇ ਨੇ ਪਾਸਪੋਰਟ ਵੀ ਉਹਨਾਂ ਨੂੰ ਮਿਲ ਜਾਂਦੇ ਨੇ ਕਾਬੂ ਵੀ ਨਹੀਂ ਹੁੰਦੇ ਤੇ ਉਧਰ ਜਿਹੜਾ ਲਾਲੂ ਯਾਦਵ ਜਿਹੜਾ ਉਹਨੂੰ ਠੋਕਦਾ ਕਿ ਬਈ ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਬਈ ਇਹ ਜਿਹੜਾ ਪੋਟੈਂਸ਼ੀਅਲ ਹੈ ਇਹਨਾਂ ਦੇ ਵਿੱਚ ਇਹ ਸਾਰੇ ਕਰਪਟ ਸੁਸਾਇਟੀ ਦੇ ਵਿੱਚ ਤੁਸੀਂ ਕਰਪਟ ਮੋਰ ਕਰਪਟ ਹੋ ਗਈ ਉਹਨਾਂ ਨੂੰ ਬੀਟ ਕਰ ਸਕਦੇ ਹੋ ਔਰ ਲਾਲੂ ਯਾਦਵ ਨੇ ਬਿਹਾਰ ਚਵੇਂ ਕੀਤਾ ਮਾਇਆਵਦੀ ਨੇ ਯੂਪੀ ਚਵੇਂ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਨ ਦਾ ਐਂਡ ਆਫ ਦਾ ਡੇ ਪਰ ਜਿਹੜੀ ਜਿਹੜੀ ਲੈਗੇਸੀ ਛੱਡੀ ਉਹਨ ਜੇ ਮਾਇਆਵਦੀ ਯੂਪੀ ਦੀ ਚੀਫ ਮਿਨਿਸਟਰ ਰਹੀ ਉਹਨੇ ਸਾਰੀ ਯੂਪੀ ਜਿਹੜੀ ਹੈ ਔਰ ਡਾਕਟਰ ਅੰਬੇਦਕਰ ਦੇ ਬਤਲਵਾ ਜਿਹੜੇ ਇਹਨਾਂ ਨੂੰ ਚੁਭਦੇ ਰਹੇ ਜੀ ਮਾਇਆਵਤੀ ਜਿਹੜੀ ਹੈ ਉਹ ਇੱਕ ਆਪਣੀ ਤੋਂ ਹੁੰਦੀ ਪੱਕੀ ਔਰ ਉਹ ਮੈਸੇਜ ਦੇਣਾ ਚਾਹੁੰਦੀ ਸੀ ਕਿ ਯੁੱਗ ਬਦਲ ਗਏ ਔਰ ਹੁਣ ਜਦੋਂ ਇੱਕ ਪਾਸੇ ਹਿੰਦੂ ਤਵੀਆਂ ਦਾ ਜ਼ੋਰ ਪਾ ਕੇ ਉਹ ਦਲਤਾਂ ਦੇ ਖਿਲਾਫ ਔਰ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਜ਼ੁਲਮ ਦੀ ਲਾਈਨ ਹੈ ਔਰ ਤੁਸੀਂ ਦੇਖੋਗੇ ਕਿ ਹਰ ਥਾਂ ਡਾਕਟਰ ਅੰਬੇਦਕਰ ਦੇ ਬੁੱਤ ਤੋੜੇ ਜਾ ਰਹੇ ਨੇ ਜੀ ਔਰ ਯੂਪੀ ਦੇ ਵਿੱਚ ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਦੋ ਇਟਾ ਨਗਰ ਔਰ ਇੱਕ ਹੋਰ ਥਾਂ ਦੇ ਉੱਤੇ ਵੱਡਿਆਂ ਚੁਰਾਇਆ ਜਿਹੜੇ ਨੇ ਉਹਨਾਂ ਨੂੰ ਡਿਸੈਂਬਰ ਕੀਤਾ ਗਿਆ ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਹ ਵਰਤਾਰਾ ਅਦਾਲਤਾਂ ਦਾ ਦੇਖੋਗੇ ਜੀ ਹੁਣ ਇਹੀ ਅਦਾਲਤਾਂ ਹੁਣ ਇੱਕ ਬਹੁਤ ਭਿਆਨਕ ਕਾਂਡ ਜਿਹੜਾ ਹੈ 오ਡੀਸਾ ਦੇ ਵਿੱਚ ਹੋਇਆ ਸੀ ਡਾਕਟਰ ਸਟੇਨ ਗ੍ਰਾਮ ਆਸਟ੍ਰੇਲੀਅਨ ਡਾਕਟਰ ਜਿਨੇ 25 ਸਾਲ ਲੈਪਰੋਸੀ ਦਾ ਸਪੈਸ਼ਲਿਸਟ ਸੀ ਆਪਣੀ ਵਾਈਫ ਔਰ ਦੇ ਨਾਲ ਉੱਥੇ ਕੋੜ ਦੇ ਮਰੀਜ਼ਾਂ ਦਾ ਇਲਾਜ ਕੀਤਾ ਔਰ ਉਹਨਾਂ ਦੇ ਡਾਕਟਰ ਸਟੇਨ ਗ੍ਰਾਮ ਨੂੰ ਉਹਨਾਂ ਦੇ ਦੋ ਪੁੱਤਰ 9 ਤੇ 11 ਸਾਲ ਦੇ ਜੀ ਉਹਨਾਂ ਨੂੰ ਜਿਉਂਦਿਆਂ ਜਿਹੜਾ ਉਹ ਵੈਨ ਦੇ ਵਿੱਚ ਬਜਰੰਗ ਦਲ ਦੇ ਇੱਕ ਦਾਰੇ ਨਾਂ ਦੇ ਬੰਦੇ ਨੇ ਸਾੜ ਦਿੱਤਾ ਸੀ ਔਰ ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਹੁਣ ਡਾਇਰੈਕਟ ਐਵੀਡੈਂਸ ਮੌਜੂਦ ਹੈ ਔਰ ਸੁਪਰੀਮ ਕੋਰਟ ਇਹ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਉਹਨੇ ਕੀਤਾ ਹੈ ਕਿਉਂਕਿ ਕਨਵਰਸ਼ਨਸ ਹੋ ਰਹੀਆਂ ਸੀ ਸੋ ਉਹਦੇ ਧਾਰਮਿਕ ਜਜ਼ਬਾਤ ਜਿਹੜੇ ਨੇ ਉਹ ਪੜਕੇ ਔਰ ਉਹਦੇ ਲਈ ਹੋਇਆ ਉਹਨੂੰ ਡੈਥ ਸੈਂਟੈਂਸ ਵੀ ਨਹੀਂ ਸੀ ਦਿੱਤੀ ਔਰ ਸ਼ਾਇਦ ਪੈਰੋਲ ਜਾਂ ਬੜੀ ਲੀਨੀਅਟ ਕਰਕੇ ਛੱਡ ਦਿੱਤਾ ਗਿਆ ਸੀ ਹੁਣ ਇਹ ਹਾਲ ਜਸਟਿਸ ਦਾ ਔਰ ਜਦੋਂ ਅਸੀਂ ਈਵਨ ਦੇਖਦੇ ਆ ਕਿ ਕਸ਼ੋਰੀ ਕੁਮਾਰ ਜਿਹੜੇ ਹੁਣ ਈਵਨ ਨਵੰਬਰ 84 ਚ ਸੈਕੰਡ ਰੰਗ ਥਰਡ ਰੰਗ ਬੰਦੇ ਵੀ ਫੜੇ ਕਸ਼ੋਰੀ ਕੁਮਾਰ ਜਿਹਨੇ ਆਪਣੇ 부ਚੜ ਉਹਨੇ ਆਪਣੇ ਨਾਈਫ ਦੇ ਨਾਲ 부ਚੜ ਸਨਾਈਫ ਨਾਲ 17 ਤੋਂ ਜ਼ਿਆਦਾ ਸਿੱਖਾਂ ਨੂੰ ਮਾਰਿਆ ਸੀ ਔਰ ਉਹਨੂੰ ਕਿੰਨੇ ਕੇਸਾਂ ਚੋਂ ਜਿਹੜੀ ਆ ਉਹ ਰਿਪੀਟਡ ਫਾਂਸੀ ਹੋਈ ਲੇਕਿਨ ਉੱਪਰ ਜਾ ਕੇ ਉਮਰ ਕੈਦ ਔਰ ਕੁਝ ਸਾਲਾਂ ਬਾਅਦ ਆ ਹੁਣੇ ਹੀ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਸ਼ੀਲਾ ਦਿਖਸ਼ਿਤ ਦੇ ਵੇਲੇ ਹੀ ਗਵਰਨਰ ਨੇ ਉਹਦੀ ਪੈਰੋਲ ਦੇ ਉੱਤੇ ਕਰਤਾ ਸੀ ਜੀ ਇਹ ਚ ਬਹੁਤ ਅੱਛਾ ਕੰਡਕਟ ਹੈ ਇਹਦਾ ਇਹਨੂੰ ਛੱਡ ਦਿਓ ਸੋ ਜਦੋਂ ਅਸੀਂ ਡਿਫਰੈਂਟ ਪੈਰਾਮੀਟਰ ਦੇਖਦੇ ਆਂ ਤੇ ਜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਗੱਲ ਕੀਤੀ ਕਿ ਬਈ ਇਹ ਮੁਸਲਮਾਨ ਹੋਣ ਦੇ ਨਾਤੇ ਅਸੀਂ ਇਸ ਗੱਲ ਨੂੰ ਕਹਿਣਾ ਚਾਹੁੰਦੇ ਆ ਕਿ ਜਿਸ ਮੁਲਕ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਗੋ ਰਖਸ਼ਕਾਂ ਦੇ ਨਾਂ ਥੱਲੇ ਕਿਵੇਂ ਉਹ ਦਾਦਰੀ ਦੇ ਵਿੱਚ ਹੋਏ ਕਿਸ ਕਿਸਮ ਦੀ ਲਿੰਚਿੰਗ ਕੀਤੀ ਜੀ ਭਾਰਤ ਭਰ ਦੇ ਵਿੱਚ ਹੋਏ ਦਲਤਾਂ ਦੇ ਉੱਤੇ ਕਿਉਂ ਜਾ ਗੁਜਰਾਤ ਦੇ ਵਿੱਚ ਗੁਜਰਾਤ ਦੇ ਉਹਨਾਂ ਏਰੀਆ 'ਚ ਕਿਵੇਂ ਚਾਰ ਦਲਤ ਨੌਜਵਾਨ ਜਿਹੜੇ ਕਿ ਮਰੀ ਹੋਈ ਗਾਂ ਦੀ ਚੰਬੜੀ ਲਾ ਰਹੇ ਸੀ ਉਹਨਾਂ ਦਾ ਕਿੱਤੈ ਜੀ ਔਰ ਉਹਨਾਂ ਨੂੰ ਉਹਨਾਂ ਨੇ ਜੀਪ ਨਾਲ ਬੰਨ ਕੇ ਕੁੱਟਿਆ ਮਾਰਿਆ ਪਾਈਪ ਨਾਲ ਮਾਰਿਆ ਫਿਰ ਸ਼ਹਿਰ ਲਿਆ ਕੇ ਪਬਲਿਕ ਦੇ ਸਾਹਮਣੇ ਮਾਰਿਆ ਫਿਰ ਪੁਲਿਸ ਦੇ ਹਵਾਲੇ ਕੀਤਾ ਜਦੋਂ ਕਿ ਇੱਕ ਮੂਵਮੈਂਟ ਖੜੀ ਹੋਈ ਔਰ ਕਿਵੇਂ ਜਿਹੜਾ ਇਸ ਕਿਸਮ ਦਾ ਪਾਰਟ ਚੱਲ ਰਿਹਾ ਸੋ ਅਸੀਂ ਕੋਲ ਮੜਾ ਕੇ ਸਮਝਦੇ ਹਾਂ ਕਿ ਵੀ ਇਹ ਉਹ ਖੱਤੈ ਔਰ ਜੇ ਤੁਸੀਂ ਤੁਸੀਂ ਜਦੋਂ ਇਹ ਕਿਹਾ ਕਿ ਵੀ ਜਿੱਥੇ ਗਾਂ ਨੂੰ ਮਾਰਨਾ ਜਾ ਹਿਰਨ ਨੂੰ ਮਾਰਨਾ ਸਜ਼ਾਏ ਮੌਤ ਹੈ ਜੀ ਕਿਉਂਕਿ ਗਾਂ ਦਾ ਤਾਂ ਹੈ ਹੀ ਸਜ਼ਾਏ ਮੌਤ ਲਾਅ ਵੀ ਬਣ ਗਏ ਔਰ ਹਿਰਨ ਨੂੰ ਮਾਰਨਾ ਜਿਹੜਾ ਉਹ ਬਿਸ਼ਨੋਈ ਕਿਉਂਕਿ ਜੀ ਉਹਨਾਂ ਨੇ ਉਹ ਬੜੇ ਜਸ਼ਨ ਮਨਾ ਰਹੇ ਨੇ ਔਰ ਕਹ ਰਹੇ ਨੇ ਇਹ ਬਿਸ਼ਰੋਈ ਕਹ ਰਹੇ ਨੇ ਬਾਕੀ ਦੇ ਜਿਹੜੇ 4-5 ਜਿਹੜੇ ਸੀ ਉਹਨਾਂ ਨੂੰ ਕਿਉਂ ਐਕਵਿਟ ਕਰਤਾ ਕੋਰਟ ਜੀ ਸੋ ਇਹ ਗੱਲ ਆਪਣੇ ਆਪ ਚ ਦੱਸਦੀ ਹੈ ਬੇਸ਼ੱਕ ਵੋਇਸ ਆਫ ਜਸਟਿਸ ਕਿਤੇ ਵੀ ਹੋਏ ਕੋਈ ਕਹਿੰਗਾ ਜੀ ਲਾ ਇਸ ਲਾ ਫਿਰ ਕਹਿੰਦੇ ਜੀ ਕਾਨੂੰਨ ਤਾਂ ਨਾ ਹੁੰਦਾ ਅਸੀਂ ਸਮਝਦੇ ਆਂ ਵੀ ਕਾਨੂੰਨ ਤਾਂ ਨਾ ਹੈ ਕਿ ਨਹੀਂ ਹਨ ਪਰ ਜਿਹੜੇ ਕੁਰਸੀ ਤੇ ਬੈਠੇ ਨੇ ਉਹ ਜ਼ਰੂਰ ਜਿਹੜੇ ਨੇ ਉਹ ਹਾਫ ਬਲਾਈਂਡ ਨੇ ਉਹਨਾਂ ਨੂੰ ਇੱਕ ਕਮਿਊਨਿਟੀ ਦਾ ਜਾਂ ਇੱਕ ਤਬਕੇ ਦਾ ਦੋਸ਼ੀ ਨਜ਼ਰ ਆਂਦਾ ਹੈ ਜੀ ਦੂਸਰੇ ਪਤੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਇਹ ਦੂਜੇ ਵੈਂਕ ਦਾਦਰਵੇ ਦੂਜੇ ਪਾਸੇ ਤੁਸੀਂ ਦੇਖੋ ਔਰ ਇਹ ਸਾਰੇ ਚ ਮੈਂ ਹੋਰ ਤਾਂ ਮੇਰੇ ਕੋਲ ਖੁਸ਼ਬੁੱਤਾ ਕਹਿਣ ਨੂੰ ਨਹੀਂ ਹੈ ਮੈਂ ਇਹੀ ਮਹਿਸੂਸ ਕਰਦਾ ਹਾਂ ਕਿ ਵੀ ਇਹ ਜਿਹੜਾ ਪਾਰਟ ਹੈ ਬਹੁਤ ਸਾਰਿਆਂ ਲਈ ਖਬਰ ਔਰ ਮੈਂ ਜਦੋਂ ਇਹ ਖਬਰ ਵੀ ਦੇਖੀ ਮੈਂ ਸਾਰਾ ਮੀਡੀਆ ਦੇਖਿਆ ਮੈਂ ਕਿਹਾ ਵੀ ਕੋਈ ਕੋਈ ਨਹੀਂ ਆਵਾਜ਼ ਐਸਸੀ ਜਿਹੜੀ ਇਹ ਕਹੇ ਚਲੋ ਸਜ਼ਾ ਹੋਈ ਜੇ ਮਨ ਵੀ ਲੌਕ ਹੈ ਜੀ ਬਹੁਤ ਲੌ ਪ੍ਰਵੇਲ ਕੀਤਾ ਹੈ ਕਿ ਵੀ ਕਿਤੇ ਕੋਈ ਕਹੇ ਕਿ ਜੀ ਹਿਰਨ ਦਾ ਮਾਰਨਾ ਦੋ ਹਿਰਨ ਔਰ ਜਿਹੜਾ ਹਿਰਨਾ ਦਾ ਸ਼ਿਕਾਰ ਹੈ ਇੱਥੇ ਜਿੱਦਿਆਂ ਮਿਸ਼ੀਗਾਨ ਜਾਂ ਇੰਡੀਆਨਾ ਜਾਂ ਦੂਜੀਆਂ ਸਟੇਟਾਂ ਨੇ ਇੱਥੇ 2-3 ਮਹੀਨੇ ਹੁੰਦੇ ਨੇ ਬਰੀਡਿੰਗ ਸੀਜ਼ਨ ਨੂੰ ਛੱਡ ਕੇ ਜੀ ਇੱਥੇ ਤਾਂ ਲੋਕ ਲੋਕਾਂ ਦਾ ਜਿਹੜਾ ਬੇਸਿਕਲੀ ਹੈ ਹੀ ਉਹਨਾਂ ਦਾ ਫਨ ਹੌਬੀ ਜਾਂ ਉਹਨਾਂ ਦੀ ਸਾਰੀ ਟ੍ਰੇਨਿੰਗ ਹੀ ਇਸ ਕਿਸਮ ਦੀ ਹੁੰਦੀ ਹੈ ਜੀ ਲੇਕਿਨ ਫਿਰ ਵੀ ਜੇ ਕੋਈ ਕਿਤੇ ਲਾਅ ਹੈ ਜਾਂ ਹੋਇਆ ਔਰ ਚਲੋ ਇਹ ਵੀ ਹੋ ਗਿਆ ਜੀ ਬਹੁਤ ਵੱਡਾ ਉਸ ਜ਼ਾਦਾ ਹੱਕਦਾਰ ਹੈ ਪਰ ਦੂਸਰਾ ਸਵਾਲ ਕਿਤੇ ਤਾਂ ਮੀਡੀਆ ਕੋਈ ਐਕਸਪਰਟ ਕੋਈ ਦੂਜਾਏ ਪੁੱਛ ਸਕਦਾ ਹੈ ਕਿ ਜੀ ਕੀ ਉਸ ਦੇਸ਼ ਚ ਜਿਹੜਾ ਹਾਂ ਇਨਸਾਨ ਦੀ ਕੀਮਤ ਹੈ ਇਨਸਾਨ ਦੀ ਇਨਸਾਨ ਦੀ ਕੀਮਤ ਨਹੀਂ ਜੀ ਸੋ ਜਸਟਿਸ ਵੀ ਮਹਿੰਗਾ ਹੈ ਤੇ ਭਾਈ ਹੁਣ ਇਸ ਗੱਲ ਦਾ ਧਿਆਨ ਰੱਖੇ ਕਿ ਵੀ ਉਹ ਜਿਵੇਂ ਮੈਨੂੰ ਯਾਦ ਹੈ ਇੱਕ ਸ਼ਾਇਦ ਨਰਿੰਦਰ ਸਿੰਘ ਨਾਕਸ ਦਾ ਇਹ ਸ਼ੇਅਰ ਹੈ ਕਿ ertid to vad gayi asmaan di keemat kufr to kat gayi imaan di keemat ਹਰ ਚੀਜ਼ ਦੁਨੀਆ ਦੀ ਮਹਿੰਗੀ ਦਿਨੋ-ਦਿਨ ਜਾਂਦੀ ਹੈ ਘਟਦੀ ਇਨਸਾਨ ਦੀ ਕੀਮਤ ਵਾਹ ਜੀ ਵਾਹ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਥ ਲੈਣਾ ਬ੍ਰੇਕ ਦੇਖ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਈਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪੈਰਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤੀਆਂ ਨਾਰਥ-ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵਾਤਵਾਰ ਮਾਈਕ ਸਾਥਾ ਕਰੋ ਤੁਸੀਂ ਆਪਣੀ ਮਾਈਕ ਸਾਥਾ ਸਾਡੀ ਵੈਬਸਾਈਟ tvh4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ tvh4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ 36-0137 ਮੈਨੂ ਲੌਂਗਰੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694 ਵਿਊਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ